एमएलए साहब तुसी अपने इलाके नू अपने हल्के दे लोकां नू बचाउण दी खातर पहला बन वढ़िया फिर तुहाड़े ते परचा दर्ज होया हुण बन जोड़न दीआं तस्वीरां आ गईआं इह सारी कहानी दे विच तुसी खुद निजी तजर्बा की कीता? देखो मेरा निजी तजर्बा इह आ कि जे सरकार ਪਲੈਨ ਕਰਦੀ ਤੇ ਇਹ ਬੰਨ ਟੁੱਟਣਾ ਤੋੜਨ ਦੀ ਨੌਬਤ ਨਾ ਆਉਂਦੀ ਤੇ ਦੁਬਾਰਾ ਬੰਨਣ ਦੀ ਨੌਬਤ ਨਾ ਆਉਂਦੀ ਉਹਦਾ ਕਾਰਨ ਕੀ ਆ ਵੀਰ ਇੱਕ ਦਿਨ ਤੇ ਸਰਕਾਰ ਵੱਡੇ ਵੱਡੇ ਡੈਮ ਹੈ ਚਾਹੇ ਪੌਂਗ ਡੈਮ ਹੋ ਗਿਆ ਤੇ ਚਾਹੇ ਭਾਖੜਾ ਡੈਮ ਹੋ ਗਿਆ ਪਿਛਲੇ ਤਿੰਨ ਮਹੀਨੇ ਤੇ ਤੁਸੀਂ ਪਾਣੀ ਚਲਾਉਂਦੇ ਰਹੇ 20,000 ਠੀਕ ਹੈ ਤੇ ਤਿੰਨ ਦਿਨ ਕੱਢਤਾ 1,00,000 ਤੇ ਉਹਦੇ ਤੋਂ ਬਾਅਦ ਅੱਜ ਫੇਰ 15,000 ਤੇ ਆ ਰਹੇ ਆ ਸੱਠ ਹਜ਼ਾਰ ਕੱਢਣ ਚ ਵੀ ਕੋਈ ਸਮੱਸਿਆ ਨੀ ਖੋਲਦੇ ਹੋ ਤੇ ਸਰਕਾਰ ਤੇ ਮੈਂ ਮਹਿਸੂਸ ਕਰਦਾ ਮਿਸਮੈਨੇਜਮੈਂਟ ਕਰਕੇ ਨੈਗਲੀਜੈਂਸ ਕਰਕੇ ਆਪ ਲੋਕਾਂ ਨੂੰ ਡੋਬ ਰਹੀ ਆ ਪਰ ਮੇਰੇ ਇਲਾਕੇ ਦੀ ਜੇ ਮੈਂ ਗੱਲ ਕਰਾਂ ਪਾਣੀ ਭਰਿਆ ਸੀ 10-10 ਫੁੱਟ ਘਰਾਂ ਚ ਲੋਕ ਕੋਠਿਆਂ ਤੇ ਚੜੇ ਸੀ ਬੰਨ ਵੱਢਿਆ ਸੀ ਤੇ ਅੱਜ ਸੜਕਾਂ ਚੱਲਣ ਲੱਗ ਪਈਆਂ ਤੇ ਖੇਤਾਂ ਦੀਆਂ ਵੱਟਾਂ ਤੋਂ ਥੱਲੇ ਪਾਣੀ ਆ ਗਿਆ 99% ਏਰੀਏ ਦੇ ਵਿੱਚ ਫਲੱਡ ਫਰੀ ਆ ਤੇ ਮੇਰੇ ਕੁਛ ਪਿੰਡਾਂ ਚ ਝੋਨਾ ਦੁਬਾਰਾ ਲੱਗਣ ਲੱਗ ਪਿਆ ਤੇ ਸਾਰੇ ਏਰੀਏ ਚ ਅਗਲੇ 5-7 ਦਿਨਾਂ ਚ ਝੋਨਾ ਲੱਗਣ ਲੱਗ ਤੁਸੀਂ ਜਦੋਂ ਬੰਨ ਵੱਢਿਆ ਸੀ ਇਹਨੂੰ ਕੱਟਿਆ ਗਿਆ ਸੀ ਉਦੋਂ ਬਾਅਦ ਕਾਫੀ ਚਰਚਾ ਹੋਈ ਤੁਸੀਂ ਤੇ ਕਿਹਾ ਮੈਂ ਆਪਣੇ ਲੋਕਾਂ ਖਾਤਰ ਕੀਤਾ ਸਰਕਾਰ ਕਹਿੰਦੀ ਸਾਡੇ ਨਾਲ ਤਾਂ ਤਾਲਮੇਲ ਹੀ ਨਹੀਂ ਰੱਖਿਆ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੀ ਤੁਹਾਡੇ ਤੇ ਹੁਣ ਫਿਰ ਬੰਨ ਦਿੱਤਾ ਗਿਆ ਹੁਣ ਅੱਜ ਮੁੜੇਸ ਕੇ ਬੰਨਣ ਦੀ ਸੀ ਇੱਕ ਤਾਂ ਸਾਡਾ ਪਾਣੀ ਨਿਕਲ ਗਿਆ ਦੂਜਾ ਬਿਆਸ ਦਰਿਆ ਚ ਇੰਨਾ ਪਾਣੀ ਛੱਡਿਆ ਜਾ ਰਿਹਾ ਤੇ ਹਰੀ ਕੇ ਖੋਲ ਵੀ ਰਹੇ ਉਹ ਪਾਣੀ ਬੈਕ ਮਾਰਨ ਦਾ ਰਿਸਕ ਹੈਗਾ ਜੀ ਪਰ ਕੰਮ ਸਾਡਾ ਨਿਬੜ ਗਿਆ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਬਾਬੇ ਨਾਨਕ ਦੀ ਧਰਤੀ ਆ ਕਰਾਉਣ ਵਾਲੇ ਸਾਰਾ ਕੁਛ ਉਹ ਹੈ ਤੇ ਉਹਨਾਂ ਨੇ ਹੀ ਵਧਾਇਆ ਤੇ ਹੁਣ ਉਹਨਾਂ ਨੇ ਬਣਾ ਦਿੱਤਾ 70% ਬੰਨ ਬੰਨਿਆ ਗਿਆ ਅੱਜ ਸ਼ਾਮ ਤੱਕ 100% ਬੰਨ ਬੰਨਿਆ ਜਾਊਗਾ ਤੇ ਇਸ ਬੰਨ ਨੂੰ ਬੰਨਣ ਦੇ ਵਿੱਚ ਤੁਹਾਡਾ ਯੋਗਦਾਨ ਪ੍ਰਸ਼ਾਸਨ ਵੱਲੋਂ ਵੀ ਤੁਹਾਨੂੰ ਮਿਲ ਰਿਹਾ ਜਾਂ ਲੋਕ ਹੀ ਲੱਗੇ ਆ ਮਾਰੇ 100% ਲੋਕ ਲੱਗੇ ਹੋਏ ਆ ਸੁਲਤਾਨਪੁਰ ਲੋਧੀ ਦੀ ਸੰਕ ਲੱਗੀ ਹੋਆ ਮੈਂ ਇੱਕ ਗੱਲ ਹੋਰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਬੰਨ ਵੱਢਿਆ ਤੇ ਬੰਨ ਦੁਆਰਾ ਲਾਉਣ ਦੀ ਜ਼ਿੰਮੇਵਾਰੀ ਵੀ ਚੱਕੀ ਸੀ ਤੇ ਸਰਕਾਰ ਦਾ 1 ਰੁਪਈਏ ਦਾ ਖਰਚਾ ਨਹੀਂ ਹੋਏਗਾ ਇਸ ਬੰਨ ਬੰਨਣ ਤੇ ਸਾਰੇ ਦਾ ਸਾਰਾ ਖਰਚਾ ਸਾਡੇ ਵੱਲੋਂ ਕੀਤਾ ਜਾਊਗਾ ਸੁਲਤਾਨਪੁਰ ਲੋਧੀ ਦੀ ਸੰਗਤ ਕਰ ਰਹੀ ਹੈ ਸਾਰੇ ਦਾ ਸਾਰਾ ਜੀ ਤਾਂ ਹੋਰਨਾਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਲੋੜ ਪੈ ਰਹੀ ਹੈ ਮਹਿਸੂਸ ਹੋ ਰਹੀ ਹੈ ਤੁਹਾਡੇ ਗੁਆਂਢ ਵਿੱਚ ਤਾਂ ਬਾਬਾ ਸੀਚੇਵਾਲ ਸਾਹਿਬ ਵੀ ਲੱਗੇ ਆ ਰਾਜ ਸਭਾ ਮੈਂਬਰ ਕਹਿੰਦੇ ਜਿਹੜਾ ਬੰਨ ਟੁੱਟਿਆ ਸੀ ਉਹ ਅਸੀਂ ਬੰਨ ਬੰਨਣਾ ਵੀ ਜਾਣਦੇ ਹਾਂ ਹਰੇਕ ਬੰਦਾ ਆਪਦਾ ਯੋਗਦਾਨ ਪਾਉਂਦਾ ਸੰਗਠਨ ਦੇ ਯੋਗਦਾਨ ਪਾਇਆ ਤਾਂ ਬੰਨ ਬੰਨੇ ਜਾ ਰਿਹਾ ਰਾਣਾ ਇਕੱਲਾ ਕੁਛ ਨੀ ਕਰ ਸਕਦਾ ਕੋਈ ਵੀ ਬੰਦਾ ਇਕੱਲਾ ਕੁਛ ਜੇ ਬੰਨ ਬੰਨਣ ਇਲਾਕੇ ਚ ਹਜ਼ਾਰਾਂ ਦੀ ਗਿਣਤੀ ਚ ਬੰਦੇ ਆਏ ਹੋਏ ਆ ਕੋਈ ਮਿੱਟੀ ਭਰ ਰਿਹਾ ਤੇ ਕੋਈ ਟਰੈਕਟਰਾਂ ਨਾਲ ਸੇਵਾ ਕਰ ਰਿਹਾ ਮਿੱਟੀ ਇਕੱਠੇ ਲਿਜਾਣ ਉਹ ਹਰ ਟਾਈਪ ਦੀ ਪਾਇਆ ਗੁਰੂ ਮਹਾਰਾਜ ਦੀ ਸ਼ਾਂਤੀ ਬੰਨ ਬੰਨਿਆ ਜਾਊਗਾ ਜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ